ਤਵੇ ਨਾ ਹਰ ਇਨਸਾਨ ਨਾ ਜਿਕੇ ਬਿ ਲਿਖਿਅਲ ਡੀ ਹੋਇਆ ਉਹ ਉਸ ਤਾਈਂ ਜ਼ਿੰਦਾ ਰਾਸੇ ਮਗਰ ਪਛੇ ਬ ਅਸਾਨਾ ਆਪਣੀ ਜ਼ਿੰਦਗੀ ਰੋ ਐਂ ਸਿਹਤ ਰੋ ਤਮਾਮ ਘਣੋ ਖਿਆਲ ਕਰਨ ਖਪਜੇ ਐਂ ਕਦੇ ਬ ਅੜੀ ਆਪਣੀ ਜ਼ਿੰਦਗੀ ਮੇਂ ਕੋਈ ਸ਼ੈ ਖਾਣ ਯਾ ਨਾ ਪੀਣ ਖਪਜੇ ਜਿਕੇ ਸੇ ਅਸਾਂਜੀ ਸਿਹਤ ਨਾ ਕੋਈ ਨੁਕਸਾਨ ਰਸੇ। ਸਮੇਂ ਨਾ ਜ਼ਿੰਦਗੀ ਇੱਕ ਅੜਾਂਗੋ ਸਫ਼ਰ ਹੈ ਮਗਰ ਉਹ ਨਾ ਆਸਾਨ ਠਾਏ ਹਲਣ ਵਾਲਾ ਹੈ ਜ਼ਿੰਦਗੀ ਅਸਲੀ ਮਾਨਿਆ ਨਾ ਸਮਝੇ ਸਕੇ ਤਾਂ ਕਈ ਸ਼ਾਇਰ ਕਹੋ ਹੈ ਕਿ ਮਰਨ ਕੋ ਮਸਲੋ ਨਾਹੇ ਵੱਡੀ ਗਾਲ ਆਹੇ ਗੁਜ਼ਾਰਨ ਹਯਾਤੀ। ਜੀ ਹਾਂ ਸਾਥੀਓ, ਹਯਾਤੀ ਗੁਜ਼ਾਰਨ ਹੈ ਵੱਡੀ ਬਾਤ ਹੈ, ਪਰ ਸਾਥੀਓ ਇਹ ਬਾਤ ਬ ਅਸਾਂ ਨਾ ਯਾਦ ਰੱਖਣ ਖਪਜੇ ਤਾਂ ਜ਼ਿੰਦਗੀ ਜਾਨਵਰਾਂ ਰੀ ਪਣ ਗੁਜ਼ਰੇ ਜਾਏ ਤੀ, ਪਰ ਅਸੀਂ ਇਨਸਾਨ ਆ ਜੋ ਕੋ ਅਸ਼ਰਫੁਲ ਮਖਲੂਕਾਤ ਰੋ ਰੁਤਬੋ ਰੱਖਾਂਦਾ। ਅਸਾਂ ਆਪਣੀ ਜ਼ਿੰਦਗੀ ਰਾ ਰੁਗੋ ਡੀਂਹੀਂ ਪੂਰਾ ਕੋਨ ਕਰਨਾ ਹੈ, ਬਲਕਿ ਜੋ ਕੋ ਬ ਜ਼ਿੰਦਗੀ ਰੇ ਸਫ਼ਰ ਮੇਂ ਰੁਕਾਵਟ ਆਵੇ ਤੀ ਉਹ ਨਾ ਸਬਰ ਸੇ ਐਂ ਅਕੁਲ ਸੇ ਹੱਲ ਕਰੇ, ਆਪਣੀ ਜ਼ਿੰਦਗੀ ਨਾ ਵਧੇਕ ਖੂਬਸੂਰਤ ਐਂ ਆਸਾਨ ਛਣ ਖਪਜੇ। ਆਪਣਾ ਦਰਦ ਲਿਕਾਏ ਆਪਣੇ ਚਿਹਰੇ ਤੇ ਮੁਸਕਰਾਹਟ ਸਜਾਏ ਹਲਣਾ ਏ ਜ਼ਿੰਦਗੀ ਕਹੋ ਜਾਏ ਤੋ। ਜ਼ਿੰਦਗੀ ਮੇਂ ਸਾਥੀਓ ਦੁੱਖ ਆਰਜ਼ੀ ਹੋਇੰਦਾ, ਦੁੱਖਾਂ ਰੇ ਕਰੇ ਅਸਾਂ ਨਾ ਆਪਣੀ ਹਯਾਤੀ ਮਾਂ ਤੰਗ ਨ ਥੈਣ ਖਪਜੇ। ਆਪਣਾ ਦੁੱਖ ਲਿਕਾਏੜੇ ਜ਼ਿੰਦਗੀ ਰੀ ਕਾਮਯਾਬੀ ਹੈ, ਆਪਣਾ ਲੁੜਕ ਲਿਕਾਏੜੇ ਜ਼ਿੰਦਗੀ ਰੀ ਕੁੱਲ ਤਾਕਤ ਹੈ। ਮੁੰਹਿੰਜਾ ਕੁਲ ਕਹਿਣ ਨੋ ਮਤਲਬ ਇਹ ਜੇ ਤਾਂ ਜ਼ਿੰਦਗੀ ਇੱਕ ਅਜ਼ੀਮ ਨਿਮਤ ਹੈ ਜੇਕਰ ਅਸਾਂ ਨਾ ਕਦਰ ਕਰਨ ਖਪਜੇ ਐਂ ਇਨਸਾਨ ਤੇ ਕਿਹੜਾ ਬਿ ਦੁੱਖ ਐਂ ਤਕਲੀਫ਼ਾਂ ਆਵੇ, ਪਰ ਜ਼ਿੰਦਗੀ ਰੋ ਗਾਡੋ ਜੇਕੋ ਹੈ ਉਹ ਇਹਨਾਂ ਰਵਾਂ ਦਵਾਂ ਰਹਿਣ ਖਪਜੇ। ਐਂ ਸਾਵੇ ਨ ਕਿਹੜੀ ਬਿ ਜ਼ਿੰਦਗੀ ਬਚਾਉਣ ਲਾਇ ਜ਼ਿੰਦਗੀ ਦੀ ਜੇਕਰ ਜ਼ਰੂਰਤ ਪਏ ਤਾਂ ਅਵੇ ਹਬਕ ਨਾ ਖਾਓ, ਕਿਤੇ ਕਿਹੜੀ ਜ਼ਿੰਦਗੀ ਲਾਇ ਜੇਕਰ ਅਵਾਂਜੀ ਜ਼ਿੰਦਗੀ ਅਹਿੜੀ ਜ਼ਰੂਰਤ ਹੈ ਤਾਂ ਅਵੀ ਉਹ ਆਪਣੀ ਜ਼ਿੰਦਗੀ ਉਤੇ ਵਕਫ ਕਰੇ ਛੱਡੋ, ਕਿਤੇ ਜੇਕਡਾ ਅਵਾਂ ਹੇਕ ਇਨਸਾਨ ਨੇ ਜੇਕਨੇ ਜਾਨ ਬਚਾਈ ਤਾਂ ਸਮਝੋ ਸਜੀ ਇਨਸਾਨੀਅਤ ਰੀ ਜਾਨ ਬਚਾਈ। ਪ੍ਰੋਗਰਾਮ ਰਹੀ ਮੋੜ ਤੇ ਸਾਥੀਓ ਹਲਿਆ ਤੋ ਕਾਰੂੰ ਜਰੀ ਕੋਇਲ ਫੌਜੀਆ ਸੁਮਰੋ ਰੋ ਮਿੱਠੋ ਆਵਾਜ਼ ਸਜਾਈ ਭੇੜਾ ਤੇ ਸੁਣਸਾਂ।